ਸਲਾਮ ਅਲੈਕੁਮ ਜਨਾਬ। ਅੱਜ ਅਸੀਂ ਜੀ ਗੁਜਰਾਤ ਮੰਡੀ ਦਾ ਜਨਾਬ ਵਿਜ਼ਿਟ ਕਰ ਰਹੇ ਜੇ ਅਤੇ ਅਸੀਂ ਤੁਹਾਨੂੰ ਇਸ ਮੰਡੀ ਦੇ ਵਿੱਚ ਛੋਟੇ ਛੋਟੇ ਵੀ ਜਾਨਵਰ ਤੁਹਾਨੂੰ ਅਸੀਂ ਵਿਖਾਵਾਂਗੇ ਜਨਾਬ ਕਿ ਇੱਥੋਂ ਦੀ ਮੰਡੀ ਦਾ ਜਨਾਬ ਰੇਟ ਸ਼ੇਟ ਕੀ ਹੈ। ਦੇਖੋ ਲੋਕ ਟਰਾਈਆਂ ਟਰੂਈਆਂ ਵੀ ਦੇ ਰਹੇ ਨੇ, ਰੇੜੇ ਰੂੜਿਆਂ ਦੇ ਉੱਤੇ ਵੀ, ਪਿੱਠ ਸਵਾਰੀ ਵੀ, ਤਾਂ ਕਿ ਜਿਹੜਾ ਨਾ ਗਾਹਕਾਂ ਦੀ ਤਵੱਜੋ ਜਿਹੜੀ ਹੈ ਬੰਦਾ ਖਿੱਚ ਸਕੇ। ਅਤੇ ਲਓ ਜਨਾਬ ਇਹ ਛੋਟਾ ਬੱਚਾ ਜਿਹੜਾ ਹੈਗਾ ਨਾ ਵੀਰ ਜੀ, ਇਹਦੇ ਕਿੰਨੇ ਪੈਸੇ ਜੇ? 65,000। ਬੜਾ ਮੁੱਲ ਹੈ ਮਾਸ਼ਾਅੱਲਾ ਬਈ, 65,000। ਅਤੇ ਉਹ ਪਰਲੇ ਦਾ 1.5 ਲੱਖ ਰੁਪਈਆ ਆਉਂਦੇ ਨਹੀਂ ਕਿ ਲੈ? ਉਮਰ ਕੀ ਹੈ? ਉਮਰ ਕੀ ਹੁੰਦੀ? ਖੀਰੇ ਨੇ? ਅੱਛਾ ਲੈ ਨੇ ਤੂੰ, ਅਤੇ ਹੁਣ ਵੇਚਣ ਵਾਸਤੇ ਖੜਾ? ਲੈ ਜਾਣੇ ਕਿਹੜੇ ਇਲਾਕੇ 'ਚੋਂ ਆਏ ਜੇ? ਤਾਂਦਲੇ ਹੋਣੇ। ਆਸਤਾ ਆਸਤਾ ਪਤਾ ਲੱਗ ਗਿਆ ਨਾ ਮੰਡੀ ਦਾ ਵੀ ਤਾਂਦਲੇ ਜਾ ਕੇ ਵੇਚੋਗੇ? ਠੀਕ ਹੈ। ਲਓ ਜਨਾਬ ਉੱਥੇ ਨੇਦਾਬਾਜ਼ੀ ਵਾਲੇ ਘੋੜੇ ਬਣਨ ਦੇ ਬੰਨੇ ਗਏ ਨੇ, ਜਿਹੜੇ ਹੈਗੇ ਨੇ ਉਹ ਹੀ ਬੰਨਣਗੇ। ਲਓ ਜੀ ਤਾਂਦਲੇ ਮੰਡੀ 'ਚ ਜਾ ਕੇ ਵਿਕਣਗੇ ਜਨਾਬ। ਅਤੇ ਕੀ ਖਿਆਲ ਕਰਦੇ ਜੇ ਕਿ ਮੰਡੀ ਸਸਤੀ ਹੈ? ਪਹਿਲੀ ਦਫ਼ਾ ਵਿਜ਼ਿਟ ਕਰ ਰਹੇ ਜੀ ਇੱਥੋਂ? ਅੱਛਾ, ਤੁਹਾਨੂੰ ਕਿਵੇਂ ਪਤਾ ਲੱਗਿਆ ਇੱਥੇ ਘੋੜਿਆਂ ਦੀ ਮੰਡੀ ਲੱਗਦੀ ਹੈ? ਵਪਾਰੀ ਤਾਂ ਵੈਸੇ ਕੋਈ ਨਹੀਂ ਹਾਲੇ ਇੱਥੇ, ਉਹ ਉੱਥੋਂ ਦੇ ਵਪਾਰੀ ਜਿਹੜੇ ਮਸ਼ਹੂਰ ਨੇ ਉਹ ਤਾਂ ਕੋਈ ਨਹੀਂ ਆਏ। ਅੱਛਾ, 1.5 ਲੱਖ ਰੁਪਏ ਦਾ ਇਹ ਮਹਿੰਗੇ ਲਿਆ ਗਿਆ। ਤੁਹਾਨੂੰ ਪਤਾ ਡੇਰੇ ਦੀ ਮੰਡੀ ਲੱਗਣ ਵਾਲੀ, ਹੁਣ ਤਾਂ ਸਾਰੇ ਜਿੰਨੇ ਵੀ ਹੈਗੇ ਨੇ ਸਾਰੇ ਰੁਕੇ ਪਏ ਨੇ। ਅਤੇ ਹੋਰ ਜਾਣਾ ਜੀ, ਤੁਹਾਨੂੰ ਤਾਂ ਪਤਾ ਸਾਰਾ। ਨਾ ਇਹ ਮਾਰਾਂਗਾ ਤਾਂ ਟੁੱਟ ਜਾਏਗਾ ਯਾਰ। ਹਾਂ ਫੇਰਿਆ ਹੁਣ, ਇਹ ਖਰਖਰਾ ਤਾਂ ਨਹੀਂ ਵੀ ਹੁਣ ਮੈਂ ਫੇਰਦਾ ਯਾਰ। ਲਓ ਜਨਾਬ, ਲਓ ਮਾਸ਼ਾਅੱਲਾ 1.5 ਲੱਖ ਰੁਪਇਆ ਮੰਗਦੇ ਪਏ ਨੇ ਜਨਾਬ ਘੋੜੇ ਦਾ। ਅਤੇ ਕਹਿ ਮੇਰਾ ਦੋਸਤ ਇਹਦੇ ਕੋਲ ਇੱਕ ਖੜੋਤੀ ਹੈ, ਜੇ ਥੋੜ੍ਹੇ ਜਿਹੇ ਪੈਸਿਆਂ ਨਾਲ ਜਨਾਬ ਲੈਣਾ। ਵਾਹ ਤਾਂ ਤੇਰੀਆਂ ਗੱਲਾਂ ਮਾਰਦੀਆਂ। ਅੱਛਾ ਲਓ ਜਨਾਬ, ਅਤੇ ਵੀਰ ਜੀ ਅੱਗੇ ਹੋਰ ਵੱਧ ਨੇ ਇਨਸ਼ਾਅੱਲਾ। ਇਹ ਕਿੰਨਾ ਖੜੋ ਤਾਂ ਸਾਬਾ? ਲਓ ਜੀ ਹੋਰ ਅੱਗੇ ਵੱਧਨੇ ਜੀ, ਇਹ ਬੱਚੇ ਤੁਹਾਨੂੰ ਅਸੀਂ ਵਿਖਾ ਰਹੇ ਹਾਂ। ਇੱਥੋਂ ਜੇਕਰ ਕੋਈ ਬੱਚਾ ਲੈਣਾ ਚਾਹੁੰਦਾ ਹੋਵੇ ਤਾਂ ਜਨਾਬ ਬੱਚਾ ਬੁੱਚਾ ਤਾਂ ਲੱਭ ਜਾਂਦਾ। ਅੱਜ ਤਾਂ ਨਿੱਕਾ ਜਿਹਾ ਬੱਚਾ ਲਿਆਂਦਾ ਹੋਇਆ ਜੀ, ਬਸ ਬਿਸਮਿਲ੍ਲਾ। ਜਨਾਬ ਕਿੰਨੇ ਪੈਸੇ ਵੀਰ ਜੀ? 15,000 ਰੁਪਇਆ। 15,000 ਰੁਪਇਆ? ਅਤੇ ਕਿੰਨੀ ਉਮਰ ਹੈ? ਉਮਰ ਹਾਂਜੀ, ਲਓ ਜਨਾਬ ਅੱਗੇ ਹੋਰ ਤੁਹਾਨੂੰ ਵਿਖਾਉਣੇ ਆ। ਇੱਥੇ ਦੋ ਜਾਨਵਰ ਖਲੋਤੇ ਜੀ, ਖਲੋਤੇ ਦੀ ਮੁੰਡਾ ਲੈ ਕੇ ਖਲਾਤੀ ਛੋਟਾ ਛੋਟਾ। ਇਹ ਵੇਖੋ ਬਾਬਾ ਜੀ, ਕਿੰਨੇ ਪੈਸੇ? ਕਿੰਨੇ ਪੈਸੇ ਹੈ? 50,000। 50,000 ਰੁਪਏ? ਲਓ ਜੀ ਅਸੀਂ ਵਿਜ਼ਿਟ ਕਰ ਰਹੇ ਜੀ ਗੁਜਰਾਤ ਮੰਡੀ, ਅਤੇ 50,000 ਰੁਪਏ ਬਾਬਾ ਜੀ ਕਹਿ ਰਹੇ। ਠੀਕ ਹੈ, ਅਤੇ ਇਹ ਵੀ ਫੋਰ ਸੇਲ ਨੇ ਜਨਾਬ ਦੋਵੇਂ। ਵੀਰ ਜੀ ਕਿੰਨੇ ਪੈਸੇ ਦਿੰਦੇ? ਦੋਵਾਂ ਦਾ 1,00,000 ਰੁਪਇਆ ਜੀ। ਅਤੇ ਉਮਰਾਂ ਕਿੰਨੀਆਂ ਹੈਗੀਆਂ ਜੀ ਇਹਨਾਂ ਦੀਆਂ? ਇਹ ਬੱਚੀ ਹੈ, ਸਾਲ ਦੀ ਹੈ। ਅੱਛਾ, ਇਹ ਮੇਰੇ ਖਿਆਲ 4 ਸਾਲਾਂ ਦੀ ਹੈ। ਇਹ ਮਾਵਾਂ ਧੀਆਂ ਨੇ ਦੋਵੇਂ? ਦੋ ਮਾਵਾਂ ਧੀਆਂ ਨੇ। ਅੱਛਾ, ਹਾਂ ਇਹ ਮਾਂ ਉਹ ਧੀ ਹੈ? ਹਾਂ ਇਹ ਧੀ ਹੈ। ਠੀਕ, ਸਾਲ ਦੀ ਹੋ ਗਈ ਉਹ, ਸਾਲ ਦੀ ਹੋ ਗਈ। 3,00,000 ਰੁਪਈਆ ਦੋਵਾਂ ਦਾ, ਮਾਵਾਂ ਧੀਆਂ ਦਾ। ਹਾਂ, ਉਹ ਨੰਬਰ ਹੈਗਾ ਜੇ? ਨੰਬਰ ਕੀ ਕਹਿ ਕਰ ਸੋ? ਨੰਬਰ ਜਿਹਨੇ ਲੈਣਾ ਹੋਵੇਗਾ ਸ਼ਾਇਦ ਹੋ ਸਕਦਾ ਉਹ ਤੇਰੇ ਨਾਲ ਰਾਬਤਾ ਕਰ ਲਵੇ। ਹੋਰ ਮੈਂ ਤੇਰਾ ਨੰਬਰ ਕੀ ਕਰਨਾ ਹੁਣ? ਇੱਥੇ ਆਉਂਦਾ ਬੰਦਾ ਤਾਂ ਹੁਣ ਇੱਥੋਂ ਇਸ ਟੁਰ ਗਿਆ ਮੀਰਪੁਰ ਦਾ ਫਿਰ ਉੱਥੇ? ਤਾਂ ਕੋਈ ਗੱਲ ਨਹੀਂ, ਨਸੀਬ ਦੀ ਗੱਲ ਹੈ। ਹੋ ਸਕਦਾ ਅੱਗੇ ਨੂੰ ਕੱਲ੍ਹ ਨੂੰ ਤੂੰ ਹੋਰ ਕੋਈ ਜਾਨਵਰ ਤੈਨੂੰ ਉੱਥੇ ਲੱਭ ਜਾਵੇ, ਉਹਨਾਂ ਜੇਕਰ ਨੂੰ ਤੈਨੂੰ ਫੋਨ ਕਰ ਦੇਵੇ, ਤੂੰ ਆਖੇ ਅੱਛਾ ਯਾਰ ਮੇਰੇ ਕੋਲ ਉਹ ਤਾਂ ਨਹੀਂ ਆਹ ਖੜੀ, ਕੀ ਸਮਝਿਆ? ਤੇਰੇ ਨੰਬਰ ਦਾ ਕਿਸੇ ਨੂੰ ਫਾਇਦਾ ਸਿਰਫ ਇਹ ਹੀ ਆਵੇਗਾ ਹੋਰ ਤੇਰੇ ਕੋਲੋਂ। ਉਹ ਮੈਂ ਸ਼ਨਾਖਤੀ ਕਾਰਡ ਤਾਂ ਨਹੀਂ ਮੰਗਦਾ ਪਿਆ। ਨੰਬਰ ਕੀ ਹੁੰਦਾ? ਨੰਬਰ ਦੱਸ ਰਿਹਾ ਆਪਣਾ, ਦੱਸ ਬਈ। 0346 0346 46 ਹਾਂ 59 93 ਹਾਂ ਔਰ 731 731 ਅਤੇ ਕਿਹੜਾ ਆਪਣਾ ਇਲਾਕਾ ਕਿਹੜਾ? ਮੀਰਪੁਰ। ਹਾਂ ਮੀਰਪੁਰ, ਬੜੀ ਦੂਰੋਂ ਆਏ ਜੇ ਮਾਸ਼ਾਅੱਲਾ। ਅਤੇ ਉੱਥੇ ਵੀ ਜਾਨਵਰ ਵੇਚਦੇ ਜੇ, ਸੇਲ ਆਊਟ ਕਰਦੇ ਜੇ? ਉੱਥੇ ਮੀਰਪੁਰ ਵਾਲੇ ਇਲਾਕੇ ਦੇ ਵਿੱਚ ਕੋਈ ਮੰਡੀ ਲੱਗਦੀ ਕੋਈ ਵੱਡੀ?
ਘੋੜਿਆਂ ਦੀ ਮੰਡੀ ਸਿਰਫ ਇੱਥੇ ਲੱਗਦੀ ਹੈ? ਠੀਕ ਲਓ ਜੀ, ਘੋੜਿਆਂ ਦੀ ਮੰਡੀ ਲੱਗਦੀ ਜੀ ਜਨਾਬ ਇੱਥੇ, ਅਤੇ ਮੇਰੇ ਦੋਸਤ ਆਏ ਨੇ ਮੀਰਪੁਰ ਤੋਂ। ਕੀ ਨਾਮ ਤੁਹਾਡਾ? ਕੀ ਇਹਦਾ? ਮੀਆਂ ਖਾਨ ਨਾਂ ਹੈ ਤੁਹਾਡਾ? ਮੇਰਾ ਕਾਦਰ ਨਾਂ। ਕਾਦਰ, ਲਓ ਜੀ ਕਾਦਰ, ਗੁਲਾਮ ਕਾਦਰ ਜੀ। ਠੀਕ ਲਓ ਜਨਾਬ, ਮਾਸ਼ਾਅੱਲਾ ਦੋਵੇਂ ਆਏ ਨੇ, ਦੋਸਤ ਆਏ ਨੇ ਸਾਡੇ ਇੱਥੇ ਮੰਡੀ ਦੇ ਵਿੱਚ ਜਨਾਬ। ਅਤੇ ਇਹ ਜਾਨਵਰ ਹੈ ਜੀ, 1,00,000 ਦੀ ਇਹ ਜੋੜੀ ਦੇ ਰਿਹਾ ਜੀ ਮਾਵਾਂ ਧੀਆਂ। ਅਤੇ ਆਹ ਬਾਬਾ ਦਿੰਦਾ ਪਿਆ ਮੇਰਾ ਵੀਰ 50,000 ਰੁਪਏ ਦਾ ਮੰਗਦਾ ਪਿਆ, ਇਹ ਪਿਆਰ ਮੁਹੱਬਤ ਹੋਰ ਕਰ ਲਏਗਾ। ਅਤੇ ਲਓ ਜਨਾਬ, ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕੀਜੀਏਗਾ। ਇਜਾਜ਼ਤ ਚਾਹੁੰਦੇ ਜਨਾਬ, ਅੱਲਾਹ ਹਾਫਿਜ਼ ਸੀ ਮਾਵਾਂ।